ਨੈਕਸਟ ਸਟੂਡੈਂਟ ਹੈ ਜੀ ਮੇਰੇ ਨਾਲ ਸਨੀ ਕੁਮਾਰ ਨਾਮ ਹੈ ਇਹਨਾਂ ਦਾ ਅਤੇ ਕੈਨੇਡਾ ਦਾ ਇਹਨਾਂ ਦਾ ਵੀਜ਼ਾ ਆ ਪਾਸਪੋਰਟ ਮੇਰੇ ਕੋਲ ਹੈ ਕੰਗ੍ਰੈਚੁਲੇਸ਼ਨ ਥੈਂਕ ਯੂ ਮੈਮ ਕਦੋਂ ਜਾ ਰਹੇ ਹੋ ਮੈਮ ਮੈਂ ਜਾ ਰਿਹਾ ਮਈ ਇਨਟੇਕ ਲਈ ਅਤੇ ਫਲਾਈਟ ਬੁੱਕ ਹੋ ਗਈ ਹਾਂਜੀ ਮੈਂ ਬੁੱਕ ਹੋ ਗਈ ਕਦੋਂ ਦੀ ਮੇਰੀ ਮੈਮ 26 April ਦੀ ਹੋ ਗਈ 26 April ਦੀ ਅਤੇ ਕਿੱਦਾਂ ਦਾ ਫੀਲ ਹੋ ਰਿਹਾ ਮੈਮ ਬਹੁਤ ਖੁਸ਼ੀ ਹੈ ਐਕਸਾਈਟਡ ਆ ਖਾਸ ਤੌਰ 'ਤੇ ਮੇਰੇ ਪੇਰੈਂਟਸ ਬਹੁਤ ਐਕਸਾਈਟਡ ਆ ਅੱਛਾ ਅਤੇ ਪੇਰੈਂਟਸ ਨੂੰ ਟੈਨਸ਼ਨ ਤਾਂ ਨਹੀਂ ਹੈਗੀ ਕਿ ਬੇਟਾ ਜਾ ਰਿਹਾ ਟੈਨਸ਼ਨ ਤਾਂ ਹੁੰਦੀ ਹੈ ਮੈਮ ਜਿੱਦਾਂ ਬਾਹਰ ਜਾਣਾ ਜਿੱਦਾਂ ਕੀ ਸਟਰਗਲ ਕਰਨੇ ਪੈਣੇ ਆ ਬਹੁਤ ਸਾਰੀਆਂ ਪ੍ਰੋਬਲਮਾਂ ਫੇਸ ਕਰਨੀਆਂ ਤੁਹਾਨੂੰ ਤਾਂ ਕੋਈ ਨਰਵਸਨੈਸ ਨਹੀਂ ਹੈਗੀ ਕਿ ਐਕਸਾਈਟਮੈਂਟ ਹੈ ਕਿ ਹੈਗੀ ਥੋੜ੍ਹਾ ਬਹੁਤ ਮੈਮ ਨਰਵਸਨੈਸ ਤਾਂ ਹੋਣੀ ਹੀ ਪੈਣੀ ਹੈ ਜਦੋਂ ਮਤਲਬ ਬਾਹਰ ਜਾਣਾ ਇਸ ਕੇਸ ਬਿਲਕੁਲ ਅਤੇ ਉੱਥੇ ਕੋਈ ਹੈ ਕੋਈ ਰਿਲੇਟਿਵ ਦੋਸਤ ਮਿੱਤਰ ਕੋਈ ਹੈ ਨਹੀਂ ਮੈਮ ਰਿਲੇਟਿਵਸ ਉੱਥੇ ਨਹੀਂ ਹੈਗੇ ਜਿੱਦਾਂ ਕੋਈ ਨਾ ਮੇਰਾ ਫਰੈਂਡਸ ਗਿਆ ਵਗੈਰਾ ਅੱਛਾ ਹਾਂਜੀ ਮੈਮ ਅਤੇ ਇਕੱਲੇ ਹੀ ਜਾ ਰਹੇ ਹੋ ਹੈ ਨਾ ਅਤੇ ਫਿਰ ਉੱਥੇ ਹੋਸਟਲ ਆ ਹਾਂਜੀ ਮੈਮ ਅਕੋਮੋਡੇਸ਼ਨ ਦਾ ਜਿੱਦਾਂ ਕਰਨਾ ਪਿਆ ਜਿੱਦਾਂ ਨਾਲ ਦੇ ਕੋਈ ਫਰੈਂਡਸ ਨਾਲ ਮਿਲ ਕੇ ਜਿੱਦਾਂ ਮੈਂ ਅਕੋਮੋਡੇਸ਼ਨ ਦਾ ਅਕੋਮੋਡੇਸ਼ਨ ਅਤੇ ਉਹ ਮਤਲਬ ਕਿ ਇਹਨਾਂ ਨੇ ਕਰਾ ਕੇ ਦਿੱਤੀ ਆ ਲੈਂਡਮਾਰਕ ਵਾਲੇ ਨੇ ਹੈਲਪ ਕੀਤੀ ਉਹਦੇ ਵਿੱਚ ਹਾਂਜੀ ਮੈਮ ਜਿੱਦਾਂ ਰੈਫਰ ਕੀਤੇ ਆ ਬਹੁਤ ਸਾਰੇ ਫਰੈਂਡਸ ਦਾ ਨਾਮ ਜਿੱਦਾਂ ਦੱਸਿਆ ਕਿ ਉਹਨਾਂ ਨੂੰ ਤੁਸੀਂ ਰੈਫਰ ਕਰ ਲਓ ਅੱਛਾ ਸੇਮ ਕਾਲਜ ਦੇ ਜਿਵੇਂ ਕਿ ਸਟੂਡੈਂਟ ਆਉਂਦੇ ਰਹਿੰਦੇ ਇਹ ਵੀ ਬਹੁਤ ਈਜ਼ੀ ਹੋ ਜਾਂਦਾ ਬਾਕੀਆਂ ਨੂੰ ਵੀ ਅਸੀਂ ਦੱਸ ਦਈਏ ਕਿ ਬਾਈ ਚਾਂਸ ਤੁਸੀਂ ਦੇਖ ਲਓ ਕਿ ਕੋਈ ਰਿਲੇਟਿਵ ਨਹੀਂ ਹੈਗਾ ਫਰੈਂਡ ਨਹੀਂ ਹੈਗਾ ਅਤੇ ਇੱਥੇ ਜਦੋਂ ਸਟੂਡੈਂਟਸ ਆਉਂਦੇ ਨੇ ਸੇਮ ਕਾਲਜ ਦੇ ਵਿੱਚ ਐਡਮਿਸ਼ਨ ਹੁੰਦੀ ਹੈ ਕਈ ਵਾਰ ਅਤੇ ਇੱਥੋਂ ਹੀ ਤੁਹਾਡਾ ਸਰਕਲ ਇੱਕ ਅੱਛਾ ਬਣ ਕੇ ਚਲਾ ਜਾਂਦਾ ਉੱਥੇ ਜਾ ਕੇ ਟੈਨਸ਼ਨ ਦੀ ਲੋੜ ਨਹੀਂ ਹੁੰਦੀ ਹੈ ਨਾ ਹਾਂਜੀ ਮੈਮ ਅਤੇ ਫਿਰ ਕਿੰਨੀ ਦੇਰ 'ਚ ਵੀਜ਼ਾ ਆ ਗਿਆ ਸੀ ਮੈਂ ਬਹੁਤ ਹੀ ਮਤਲਬ ਥੋੜ੍ਹਾ ਟਾਈਮ ਲੱਗਾ ਜਿੱਦਾਂ ਮੈਂ ਜਿੱਦਾਂ ਅਪਲਾਈ ਕੀਤਾ ਉਹ 7 ਦਿਨਾਂ ਦੇ ਵਿੱਚ ਵਿੱਚ ਜਿੱਦਾਂ ਹਾਂਜੀ ਵੀਜ਼ਾ ਆ ਗਿਆ ਸੀ ਇਹ ਗੱਲ ਮੇਨ ਹੁੰਦੀ ਹੈ ਕਿ ਜਦੋਂ ਇੰਨੀ ਕੁ ਦੇਰ 'ਚ ਆ ਜਾਵੇ ਬੰਦਾ ਹਜੇ ਤਾਂ ਸੋਚ ਕੇ ਘਰ ਜਾ ਕੇ ਸੋਚਦਾ ਹੀ ਹੈ ਕਿ ਮੈਂ ਵੀਜ਼ਾ ਅਪਲਾਈ ਕੀਤਾ ਉਨੇ ਦਿਨ ਵੀਜ਼ਾ ਵੀ ਆ ਜਾਂਦਾ ਹੈ ਹਾਂਜੀ 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 ਮੈਮ ਅਤੇ ਫਿਰ ਬਾਕੀ ਜੋ ਲੈਣ ਵਾਂਗ ਦੀਆਂ ਸਾਰੀਆਂ ਫੈਸਿਲਿਟੀਜ਼ ਵਧੀਆ ਲੱਗੀਆਂ ਹਾਂਜੀ ਮੈਮ ਸੈਟਿਸਫਾਈ ਜਿੱਦਾਂ ਮੈਂ ਜਲੰਧਰ ਤੋਂ ਅਪਲਾਈ ਕੀਤਾ ਸੀ ਜਿੱਦਾਂ ਉਹਨਾਂ ਦਾ ਸਨੀ ਸਰ ਸੀ ਜਿੱਦਾਂ ਉਹਨਾਂ ਨੇ ਬਹੁਤ ਮਤਲਬ ਹੈਲਪ ਕੀਤੀ ਜਿੱਦਾਂ ਮਤਲਬ ਵੀਜ਼ਾ ਲਾਉਣ ਦਾ ਅੱਛਾ ਕੋਆਪਰੇਟਿਵ ਸੀਗੇ ਹਾਂਜੀ ਬਹੁਤ ਸਾਰੇ ਕੋਆਪਰੇਟਿਵ ਸੀਗੇ ਚਲੋ ਜੀ ਬਹੁਤ ਵਧੀਆ ਅਤੇ ਕੰਗ੍ਰੈਚੁਲੇਸ਼ਨ ਅਗੇਨ ਨਾਲੋ ਜੀ ਪਾਸਪੋਰਟ ਥੈਂਕ ਯੂ